के ऊपर FIR कराई जाए कि उन्होंने गुरु की गुल्लक के अंदर गड़बड़ी की है। ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘਿਰੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵਾੜੇ ਹੱਥੀਂ ਲੈਂਦੇ ਹੋਏ ਦਿੱਲੀ ਆਪ ਦੇ MLA ਸੌਰਵ ਭਾਰਦਵਾਜ ਨੇ ਦਿੱਲੀ ਵਿਧਾਨ ਸਭਾ ਵਿੱਚ ਇਹਨਾਂ ਦੀ ਖੂਬ ਬੇਇੱਜ਼ਤੀ ਕੀਤੀ। ਹੋਰ ਤਾਂ ਹੋਰ ਉਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਅਕਾਲੀ ਦਲ ਅਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਗੁਰੂ ਕੀ ਗੋਲਕ ਦਾ ਚੋਰ ਵੀ ਕਹਿ ਦਿੱਤਾ ਅਤੇ ਅਕਾਲੀ ਨੇਤਾ ਉੱਤੇ FIR ਕਰਨ ਦੀ ਗੱਲ ਵੀ ਆਖ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਅਹਿਮ ਖੁਲਾਸੇ ਕਰਦੇ ਹੋਏ ਜੀਕੇ 'ਤੇ ਘਪਲਿਆਂ ਦੇ ਦੋਸ਼ ਲਗਾਏ ਸਨ, ਜਿਸ ਨੂੰ ਕੋਰਟ ਨੇ ਪ੍ਰਵਾਨ ਕਰਦੇ ਹੋਏ FIR ਕਰਨ ਦੇ ਹੁਕਮ ਦਿੱਤੇ ਸਨ। ਸਮੱਸਿਆ ਇਹ ਹੈ ਕਿ ਜਿਸ ਅਕਾਲੀ ਦਲ ਨੇ ਗੁਰੂ ਕੀ ਗੁੱਲਕ ਕੀ ਚੋਰੀ ਕਰ ਲਈ, ਜਿਸ ਅਕਾਲੀ ਦਲ ਨੇ ਗੁਰੂ ਕੀ ਗੁੱਲਕ ਕੀ ਚੋਰੀ ਕਰ ਲਈ, ਮੇਰੀ ਸਮੱਸਿਆ ਇਹ ਹੈ ਕਿ ये कार्रवाई से बाहर निकाल दें जो जी की चोरी की बात की। अधिक जी मैं मगर एक बात मैं बात अधिक जी कहना चाहता हूँ, आप मेरे शब्द जरूर निकाल सकते हैं, आप निकालिए, आपको हक है, मगर ये बाकायदा दिल्ली के कोर्ट ने ऑर्डर किया है कि इनके अकाली दल के नेता के ऊपर FIR कराई जाए कि उन्होंने गुरु की गुल्लक के अंदर गड़बड़ी की है। चोरी बता दो शब्द। ਅਕਾਲੀ ਦਲ ਉੱਤੇ ਦੋਸ਼ ਤੇ ਦੋਸ਼ ਮੀਂਹ ਵਾਂਗੂ ਵਰ ਰਹੇ ਹਨ। ਇਹਨਾਂ ਦੋਸ਼ਾਂ ਤੇ ਸਵਾਲਾਂ ਦਾ ਸਾਹਮਣਾ ਅਕਾਲੀ ਦਲ ਨੂੰ ਹੋਰ ਕਿੰਨਾ ਕੁ ਸਮਾਂ ਕਰਨਾ ਪਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਸਪੋਕਸਮੈਨ TV।